ਅਸੀਂ ਸਵੇਰੇ ਸਵੇਰੇ ਭਗਤ ਵਾਣੇ ਗਏ ਸੀਗੇ। ਆਹ ਦੇਖੋ ਕੀ ਲਿਖਿਆ, ਅੱਗੇ ਮੋੜ ਹੈ, ਖੱਬੇ ਪਾਸੇ ਮੌਤ ਹੈ, ਮੇਰੇ ਸੱਜੇ ਪਾਸੇ ਮੌਤ ਹੈ। ਇਹ ਦੇਖੋ ਹੁਣ ਨਾ ਸੱਜੇ ਪਾਸੇ ਮੋੜ ਹੈ ਲਿਖਿਆ, ਇਹਦੇ ਵਿੱਚ ਹੁਣ ਸਰਕਾਰ ਦੀ ਕੋਈ ਗਲਤੀ ਨਹੀਂ ਯਾਰ, ਉਹਨਾਂ ਨੇ ਤਾਂ ਬੋਰਡ ਲਾਏ ਆ, ਪਰ ਅਸੀਂ ਆਪਣੀ ਆਪਦੀ ਜਿਹੜੀ ਕਿੱਡੀ ਘਟੀਆ ਸੋਚ ਲਈ ਫਿਰਦੇ ਹਾਂ ਨਾ, ਸੱਜੇ ਪਾਸੇ ਮੋੜ ਹੈ ਲਿਖਿਆ ਸੀਗਾ ਅਤੇ ਪਾੜ ਕੇ ਇਹਨੂੰ ਸੱਜੇ ਪਾਸੇ ਮੌਤ ਹੈ, ਕਿੰਨੇ ਮਤਲਬ ਅਸੀਂ ਦੂਸਰਾ ਯਾਰ ਘਟੀਆ ਸਾਡੀ ਸੋਚ ਹੋਈ ਪਈ ਆ, ਆਪਦੀਆਂ ਚੀਜ਼ਾਂ ਦਾ ਨੁਕਸਾਨ ਕਰਦੇ ਹਾਂ। ਇਹ ਪਬਲਿਕ ਪ੍ਰੋਪਰਟੀ ਹੈ, ਇਹ ਕਿਹੜਾ ਕੋਈ ਦੂਸਰਾ, ਇਹ ਵੀ ਇਹਦੇ ਸਰਕਾਰ ਨੇ ਸਾਂਭੇ ਲੈ ਜਾਣੇ ਜਾਂ ਕੁਛ, ਉਹਨਾਂ ਦੇ ਕੰਮ ਹੈ ਇਹ ਤਾਂ ਕੋਈ ਆਪਦਾ ਨੁਕਸਾਨ ਕਿਉਂ ਕਰਦੇ ਹਾਂ ਯਾਰ। ਜੇ ਕਿਤੇ ਕੋਈ 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 ਚੰਗਾ ਕੰਮ ਹੁੰਦਾ ਉਹ ਅਸੀਂ ਨਹੀਂ ਹੋਣ ਦਿੰਦੇ, ਅਤੇ ਜੇ ਕਿਤੇ ਨਹੀਂ ਹੁੰਦਾ ਉਹ ਸਰਕਾਰ ਨਹੀਂ ਕਰਦੀ। ਹਾਂਜੀ ਆਪਾਂ ਹੋ ਗਏ ਰੈਡੀ ਤੇ, ਆਪਾਂ ਨੇ ਅੱਗੇ ਨਿਕਲਣ ਤੇ ਜੋ ਦਮ ਹਾਂਜੀ ਦੁਪਹਿਰਾ ਹੋ ਗਿਆ ਤੇ ਮੈਨੂੰ ਘਟੀਆ ਜਿਹੀਆਂ ਐਨਕਾਂ ਲੱਭੀਆਂ, ਕਰੋ ਰੇਤੇ ਤੋਂ ਬਚਾਉਣੀਆਂ। ਹਰ ਵਾਰ ਦੀ ਤਰ੍ਹਾਂ ਏਟੀਐਮ ਤੋਂ ਪੈਸੇ ਕਢਾ ਕੇ ਤੇ ਹੁਣ ਫੋਟੋ ਖਿਚਾਉਣ ਚੱਲੇ ਹਾਂ, ਕਿਉਂਕਿ ਮੈਂ ਜਾਇਆ ਸੀ ਪੇਪਰ ਦੇ ਆਇਆ ਉਹਨਾਂ ਨੂੰ, ਉਹ ਕਹਿੰਦੇ ਫੋਟੋ ਖਿਚਾ ਕੇ ਆਓ, ਫੋਟੋ ਖਿਚਾ ਲਈਆਂ ਬਾਈਆਂ ਨੇ, ਗੱਲ ਬਣਾ ਦੀ ਪੂਰੀ ਉੱਦਾਂ ਯਾਰ ਘੈਂਟ ਬਣਾਈ ਫੋਟੋ ਇਹ। ਕਚਹਿਰੀਆਂ ਵਾਲਾ ਕੰਮ ਆਪਣਾ ਹੋ ਗਿਆ ਅਤੇ ਹੁਣ ਜੋਤ ਨੇ ਪਤਾ ਕਿੰਨੀਆਂ ਚੀਜ਼ਾਂ ਬਣਾਈਆਂ, ਆਲੂ ਗੋਭੀ ਬਰਗਰ ਮੂੰਗਫਲੀ ਗੋਲ ਗੱਪੇ ਅਤੇ ਇੱਕ ਦੋ ਚੀਜ਼ਾਂ ਹੋਰ, ਬੜੀ ਦਾ ਪਟਾ, ਬੜੀ ਲਈ ਕੁਛ ਖਾਣ ਨੂੰ ਅਤੇ ਸਾਰੀਆਂ ਚੀਜ਼ਾਂ ਲੈ ਕੇ ਜਾਣੀਆਂ ਪੈਣੀਆਂ। ਅਤੇ ਦੇਖ ਲਓ ਇੰਨਾ ਸਮਾਨ ਮੋਟਰਸਾਈਕਲ 'ਤੇ ਲਿਆਉਣਾ ਜੀ। ਆਲੂ ਵੀ ਹੈਗੇ ਕਿਲੋ ਆਲੂ ਭਾਜੀ, ਨਵੀਂ ਮੂੰਗਲੀ ਰਹਿ ਗਈ ਸੀ ਉਹ ਬਾਈ ਪਾਉਣ ਲੱਗਿਆ। ਨਵੀਂ ਕੰਮ ਸਾਰੇ ਹੋ ਗਏ, ਹੁਣ ਆਪਾਂ ਚੱਲਣ ਲੱਗੇ ਘਰੇ ਅਤੇ ਘਰੇ ਜਾ ਕੇ ਮਿਲਦੇ। ਬੰਦਾ ਘਰੇ ਆਵੇ ਤੇ ਘਰ ਵਾਲੀ ਕਮਰੇ ਦਾ ਹਾਲ ਆ ਕਰਕੇ ਰੱਖੇ ਤੇ ਬਾਅਦ ਦੇ ਵਿੱਚ ਕਵੇ ਕਿ ਨਾਲ ਕਰਾ ਉਸ ਭਾਈ, ਇਹ ਜ਼ਰਾ ਸਰ ਮਾਈ ਲਾਰਡ, ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ ਮਿਲ ਰਹੀ ਹੈ, ਇਨਸਾਫ ਨਹੀਂ ਮਿਲ ਰਿਹਾ ਮੁਝੇ। ਕਹਿੰਦੀ ਮੈਂ ਛੋਟੀ ਹੁੰਦੀ ਮੂੰਗਫਲੀ ਚੋਰ ਸੀਗੀ, ਜੇਬ ਭਰ ਲੈਂਦੀ ਸੀ ਘਰੇ, ਜਿਹੜਾ ਪੈਕਟ ਲਿਆਉਂਦੇ ਹੁੰਦੇ ਸੀਗੇ, ਜਿਹੜਾ ਮੂੰਗਫਲੀ ਲਿਆਉਣੀ ਫਿਰ ਮੈਂ ਉਹ ਵੀ ਲੈ ਲੈਣੀ, ਉਹ ਲੈ ਕੇ ਮੈਂ ਕੋਲੀ ਕੱਢੀ ਜਾਣੀ ਕੋਲੀ ਭਰ ਲੈਣੀ, ਆਹ ਵੀ ਪਾ ਲੈਣੀ ਵਿੱਚ, ਫਿਰ ਇਹਨਾਂ ਨੇ ਜਦੋਂ ਸਾਰਿਆਂ ਨੇ ਮੂੰਗਫਲੀ ਖਾ ਲੈਣੀ ਮੈਂ ਕੋਲੀ ਲੈ ਕੇ ਬਹਿ ਜਾਣਾ, ਫਿਰ ਮੰਗਦੇ ਦੇ ਦੇ ਬਲਰਾਮ ਭਾਈ ਬਾ ਦੇ। ਡੈਕੋਰੇਸ਼ਨ ਉਤਾਰ ਦਿੱਤੀ, ਸਾਡੀ ਬਹੁਤ ਲੜਾਈ ਹੋਈ ਡੈਕੋਰੇਸ਼ਨ ਉਤਾਰਨ ਦੇ ਪਿੱਛੇ, ਬੰਦਾ ਇੰਨਾ ਬੌਂਗਾ ਹੋ ਜਾਂਦਾ ਸਾਰੀ ਦਿਹਾੜੀ ਕੰਮ ਕਰਕੇ, ਇੱਕ ਚੱਪਲ ਪਾਉਂਦਾ ਤੇ ਇੱਕ ਚੱਪਲ ਪਾਉਂਦਾ ਨਹੀਂ, ਝਾੜੂ ਮਾਰਨ ਲੱਗੀ ਤਾਂ ਹੁਣ ਹਾਲ ਇਹ ਹੋ ਪਿਆ ਵੀ ਬਸ ਯਾਰ, ਬਹੁਤ ਬੁਰਾ ਹਾਲ ਹੋ ਗਿਆ, ਬਹੁਤ ਖਲਾਰਾ ਪਾਈ ਬੈਠੀ ਸੀਗੀ ਮੇਰੇ ਬੰਦੇ ਨਾਲ। ਮੈਨੂੰ ਆਇਆ ਸੀ, ਮੈਂ ਨਾ ਆਉਂਦਾ ਸੋਚਦਾ ਵਾਂ ਕਿ ਮੈਂ ਸੌਂਗਾ ਜਾ ਕੇ ਘੰਟਾ ਕੁ ਜਾ ਕੇ ਸੌਂ ਜਾਣਾ ਫਿਰ ਚੱਲ ਉੱਠਾਂਗੇ, ਤੇ ਫਿਰ ਸੌਣ ਕਿੱਥੇ ਦਿੱਤਾ ਹੈ ਯਾਰ, ਫਿਰ ਅੱਧੀਆਂ ਸਫਾਈਆਂ ਹੋ ਗਈਆਂ ਅੱਜ, ਬਿੱਡਾਂ ਬੁੱਢਾਂ ਲਈਆਂ ਹੁਣ ਬਸ ਕਿਚਨ ਕੁਚਨ ਰਹਿ ਗਈ, ਹੁਣ ਕੱਲ੍ਹ ਨੂੰ ਬੈੱਡ ਘੜੀਸ ਕੇ ਇੱਕ ਵਾਰੀ
ਲਓ ਵੀ ਆਪਣੇ ਜਿਹੜੇ ਆ ਟੈਂਟ ਆਪਾਂ ਲਿਆ ਕੇ ਰੱਖੇ ਹੋਏ ਤੁਹਾਨੂੰ ਪਤਾ ਆ ਤੇ ਦਿਲ ਖੁਸ਼ ਬਾਈ ਪੇਂਡੂ ਬਲੌਗਰ ਚੱਲਿਆ ਘੁੰਮਣ ਕਹਿੰਦਾ ਲਾਹੌਰ ਸਪੀਤੀ ਬਰਫ਼ ਦੇ ਵਿੱਚ ਕਰਨੀ ਹੈ ਕੈਂਪਿੰਗ ਇਹਦਾ ਬਣਾਉਣੀ ਆ ਪ੍ਰੋਗਰਾਮ ਪੂਰਾ ਸਮਾਨ ਇਕੱਠਾ ਕਰਦੇ ਫਿਰਦੇ ਆ ਤੇ ਇਹ ਚੱਲਿਆ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨੇ ਹੁਣ ਇਸ ਟਾਈਮ ਸਨੋਫਾਲ ਦੇ ਵਿੱਚ ਕੈਂਪਿੰਗ ਦੇਖਣੀ ਆ ਕਿਉਂ ਆਪਾਂ ਰੀਸ ਲਾਈ ਆ ਸਾਰਿਆਂ ਨੂੰ ਦੇਖੋ ਕੈਂਪਿੰਗ ਸਾਰੇ ਯੂਟਿਊਬਰ ਨੂੰ ਰੀਸ ਲਾਤੀ ਕੈਂਪਿੰਗ ਕਰਨ ਦੇ ਰਾਤੀ ਰੋਟੀ ਰੋਟੀ ਖਾ ਕੇ ਥੱਕੇ ਬਹੁਤ ਸੀਗੇ ਤੇ ਜਿਹੜਾ ਮੈਂ ਰੀਅਲੀ ਮਤਲਬ ਕੱਲ ਜੋਤ ਲਈ ਗਿਫਟ ਲੈ ਕੇ ਆਇਆ ਸੀਗਾ ਇੰਨਾ ਮਹਿੰਗਾ ਮਤਲਬ ਇੰਨਾ ਜ਼ਿਆਦਾ ਪ੍ਰੀਸ਼ੀਅਸ ਉਹ ਤਾਂ ਤਿਆਰ ਕਰਨਾ ਤੇ ਉਹਨੂੰ ਦੇਣਾ ਰਹਿ ਗਿਆ ਤੇ ਹੁਣ ਮੈਂ ਮੋਰਨਿੰਗ ਗਿਆ ਤੇ ਹੁਣ ਮੈਂ ਰੈਡੀ ਕਰਨ ਲੱਗਿਆ ਉਹ ਤੇ ਰੈਡੀ ਕਰਕੇ ਤੇ ਫਿਰ ਜਿਹੜਾ ਆ ਉਹਨੂੰ ਦੇਵਾਂਗੇ ਸੁੱਤੀ ਪਈ ਆ ਹਜੇ ਉਹ ਉੱਠੂ ਹਾਂਜੀ ਆਇਆ ਉਹ ਸਪੈਸ਼ਲ ਗਿਫਟ ਇਹਦਾ ਐਂ ਸੀਗਾ ਵੀ ਇਹ ਗ੍ਰੀਟਿੰਗ ਕਾਰਡ ਆ ਮਤਲਬ ਅਸੀਂ ਨਾ ਹਰ ਸਾਲ ਹਰੇਕ ਬਰਥਡੇ 'ਤੇ ਜੋਤ ਮੇਰੇ ਬਰਥਡੇ 'ਤੇ ਮੈਂ ਜੋਤ ਦੇ ਬਰਥਡੇ 'ਤੇ ਉਹਨੂੰ ਇੱਕ ਕਾਰਡ ਦਿੰਦੇ ਹਾਂ ਕਾਰਡ ਦੇ ਵਿੱਚ ਅਸੀਂ ਜਿਹੜਾ ਵੀ ਆਪਣੇ ਜਿਹੜੇ ਲਾਸਟ ਈਅਰ ਦੇ ਵਿੱਚ ਗਲਤੀਆਂ ਹੋਈਆਂ ਹੁੰਦੀਆਂ ਹੈ ਨਾ ਜਾਂ ਕੁਛ ਸਾਡੇ ਮੂਮੈਂਟਸ ਹੁੰਦੇ ਆ ਉਹਨਾਂ ਨੂੰ ਅਸੀਂ ਕਲਮਬੰਦ ਕਰਕੇ ਲਿਖ ਕੇ ਅਤੇ ਇੱਕ ਦੂਜੇ ਨੂੰ ਦਿੰਦੇ ਹਾਂ ਆਪਣੀਆਂ ਫੀਲਿੰਗਸ ਦੱਸਦੇ ਹਾਂ ਜਿਹੜੀਆਂ ਅਸੀਂ ਨਹੀਂ ਕਹਿ ਸਕਦੇ ਹੁੰਦੇ ਅਤੇ ਉਹ ਇੱਦਾਂ ਮਤਲਬ ਅਸੀਂ ਕਰ ਦਿੰਦੇ ਹਾਂ ਬਟ ਇਸ ਵਾਰੀ ਜਿਹੜਾ ਬਰਥਡੇ 'ਤੇ ਕੀ ਹੋਇਆ ਕਿ ਮੈਥੋਂ ਉਸ ਦਿਨ ਮੈਂ ਬਿਜ਼ੀ ਬਹੁਤ ਜ਼ਿਆਦਾ ਸੀ ਉਸ ਦਿਨ ਮੈਥੋਂ ਕਾਰਡ ਲਿਆ ਨਹੀਂ ਹੋਇਆ ਅਤੇ ਉਸ ਤੋਂ ਬਾਅਦ ਮੈਂ ਲਗਾਤਾਰ ਮਤਲਬ 4 ਮਹੀਨੇ ਟੱਪ ਗਏ ਬਰਥਡੇ ਨੂੰ ਬਟ ਮੈਥੋਂ ਮਤਲਬ ਕਾਲ ਹੋਈ ਗਈ ਦਿੱਤਾ ਹੀ ਨਹੀਂ ਗਿਆ ਸੋ ਇਸ ਕਰਕੇ ਜਿਹੜਾ ਆ ਵੀ ਹੁਣ ਤਾਂ ਮਿਹਣੇ ਹੀ ਵੱਜਣ ਲੱਗ ਪਏ ਸੀ ਵੀ ਇਹ ਤੂੰ ਬਦਲ ਚੁੱਕਿਆ ਹੁਣ ਅਤੇ ਮੈਂ ਫਿਰ ਕੱਲ੍ਹ ਲੈ ਕੇ ਆਇਆ ਸਪੈਸ਼ਲ ਜਾ ਕੇ ਅਤੇ ਹੁਣ ਆਪਾਂ ਇਹਨੂੰ ਲਿਖਦੇ ਹਾਂ ਮੈਂ ਰਾਜਾ ਤੂੰ ਰਾਣੀ ਸਾਡੀ ਪ੍ਰੇਮ ਕਹਾਣੀ ਨਲਕੇ 'ਤੇ ਖੜੀ ਮੋਢੇ 'ਤੇ ਪਰਨਾ ਨਲਕੇ 'ਤੇ ਖੜੀ ਮੋਢੇ 'ਤੇ ਪਰਨਾ ਸਾਰੇ ਕੰਮ ਛੋੜ ਕੇ ਲੈਟਰ ਮੇਰਾ ਪੜ੍ਹਨਾ ਵਾਹ 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 ਮੇਰੀ ਸ਼ਾਇਰੀ ਦੱਸਿਓ ਤੁਸੀਂ ਸਾਰੇ ਜਣੇ ਵੀ ਕਿੱਦਾਂ ਲੱਗੀ ਹਾਂਜੀ ਫਾਈਨਲੀ ਉਹ ਵੇਲਾ ਆ ਚੁੱਕਿਆ ਜਿਹੜੇ ਵੇਲੇ ਆਪਾਂ ਜੋਤ ਨੂੰ ਇੱਕ ਜਿਹੜਾ ਆ ਰਹਿੰਦਾ ਗਿਫਟ ਦੇਣਾ ਸੀ ਬਰਥਡੇ ਦਾ ਲਓ ਇਹ ਸਾਡੇ ਪਿਆਰ ਦਾ ਤੋਹਫ਼ਾ ਇਹ ਆਖਰੀ ਤੋਹਫ਼ਾ ਹੈ ਬਰਥਡੇ ਦਾ ਮੈਂ ਭੁੱਲ ਗਿਆ ਸੀਗਾ 4 ਮਹੀਨੇ ਲੇਟ ਅਤੇ ਇਹ ਖੋਲ੍ਹੀ ਨਾ ਹਜੇ ਪਹਿਲਾਂ ਦੱਸ ਆਪਾਂ ਇਹ ਕਿਉਂ ਦਿੰਦੇ ਹੁੰਦੇ ਇੱਕ ਦੂਜੇ ਨੂੰ ਇਹ ਅਸੀਂ ਜਦੋਂ ਬਾਹਰ ਸੀਗੇ ਹੈ ਨਾ ਕਿਉਂਕਿ ਮਹਿਕਦੀਪ ਜ਼ਿਆਦਾ ਜਿਹੜੀਆਂ ਆਪਣੀਆਂ ਬੋਲ ਕੇ ਫੀਲਿੰਗਸ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ ਸੋ ਇਹ ਕਾਰਡ ਦੇ ਵਿੱਚ ਲਿਖ ਕੇ ਆਪਣੀਆਂ ਫੀਲਿੰਗਸ ਨੂੰ ਜਿਤਾਉਂਦੇ ਆ ਅਤੇ ਸਾਨੂੰ ਵਧੀਆ ਲੱਗਦਾ ਇੱਕ ਦੂਸਰੇ ਨੂੰ ਕਾਰਡ ਦੇਣਾ ਇਹ ਬਹੁਤ ਸਾਰੇ ਲੋਕ ਕਹਿਣਗੇ ਵੀ ਇਹ ਤਾਂ ਪੁਰਾਣਾ ਰਿਵਾਜ਼ ਆ ਜਾਂ ਪੁਰਾਣੇ ਆ ਇੱਦਾਂ ਉੱਦਾਂ ਬਟ ਸਾਨੂੰ ਵਧੀਆ ਲੱਗਦਾ ਇੱਕ ਦੂਸਰੇ ਨੂੰ ਕਾਰਡ ਦੇਣਾ ਅਸੀਂ ਹਰੇਕ ਬਰਥਡੇ 'ਤੇ ਨਿਊ ਈਅਰ 'ਤੇ ਅਤੇ ਜਦੋਂ ਅਸੀਂ ਮਤਲਬ ਮਿਲੇ ਸੀਗੇ ਜਦੋਂ ਹੈ ਨਾ ਉਹ ਦਿਨ 'ਤੇ ਅਸੀਂ ਇੱਕ ਦੂਸਰੇ ਨੂੰ ਕਾਰਡ ਦਿੰਦੇ ਹਾਂ ਸੋ ਉਹਦੇ ਵਿੱਚ ਸਾਡੀਆਂ ਫੀਲਿੰਗਸ ਲਿਖੀਆਂ ਹੁੰਦੀਆਂ ਇੱਕ ਦੂਸਰੇ ਲਈ ਸੋ ਜਿੰਨਾ ਮਤਲਬ ਇੱਕ ਸਾਲ ਦਾ ਜੋ ਵੀ ਹੁੰਦਾ ਆ ਅਸੀਂ ਲੜੇ ਹੁੰਦੇ ਹਾਂ ਸਾਡੀਆਂ ਵਧੀਆ ਵਧੀਆ ਮੂਮੈਂਟਸ ਹੁੰਦੀਆਂ ਉਹ ਕਾਰਡ ਦੇ ਵਿੱਚ ਲਿਖੀਆਂ ਹੁੰਦੀਆਂ ਅਤੇ ਅਸੀਂ ਇੱਕ ਦੂਸਰੇ ਤੋਂ ਸੋਰੀ ਵੀ ਮੰਗੀ ਦੀ ਆ ਇਸ ਕਾਰਡ ਵਿੱਚ ਕਿਉਂਕਿ ਅਸੀਂ ਬੋਲ ਕੇ ਤਾਂ ਕਦੀ ਮੰਗਣੀ ਨਹੀਂ ਪਰ ਅਸੀਂ ਕਾਰਡ ਵਿੱਚ ਪੂਰਾ ਸੋਰੀ ਲਿਖਿਆ ਹੁੰਦਾ ਜੋ ਅਸੀਂ ਗਲਤੀਆਂ ਕੀਤੀਆਂ ਹੁੰਦੀਆਂ ਸੋ ਉਹ ਅਸੀਂ ਇਸ ਕਾਰਡ ਵਿੱਚ ਲਿਖ ਦਈਦਾ ਕਿ ਮੈਂ ਤੋਂ ਇੱਥੇ ਆ ਗਲਤੀ ਹੋਈ ਸੀ ਤੇ ਨਾਲ ਹੀ ਆਪਾਂ ਵਲੌਗ ਦਾ ਐਡ ਕਰਦੇ ਹਾਂ ਤੇ ਇਸ ਚੀਜ਼ ਨਾਲ ਪਤਾ ਕੀ ਆ ਤੁਹਾਡਾ ਰਿਲੇਸ਼ਨ ਤਰੋਤਾਜ਼ਾ ਰਹਿੰਦਾ ਆ ਰਿਲੇਸ਼ਨ ਕਦੇ ਵੀ ਬੋਰ ਨਹੀਂ ਹੁੰਦਾ ਕਿ ਤੁਸੀਂ ਆਪਣੀਆਂ ਗਲਤੀਆਂ ਕਿਉਂਕਿ ਹਰ ਬੰਦਾ ਕਿਤੇ ਨਾ ਕਿਤੇ ਜਦੋਂ ਕੋਈ ਗਲਤੀ ਕਰਦਾ ਸ਼ਾਇਦ ਉਹ ਗੁੱਸੇ ਦੇ ਵਿੱਚ ਨਾ ਮੰਨੇ ਪਰ ਥੋੜ੍ਹਾ ਚਿਰ ਬਾਅਦ ਉਹਨੂੰ ਜ਼ਰੂਰ ਇਹ ਚੀਜ਼ ਰਿਲਾਈਜ਼ ਹੁੰਦੀ ਹੈ ਕਿ ਹਾਂ ਯਾਰ ਮੈਂ ਕਿਤੇ ਗਲਤੀ ਕੀਤੀ ਆ ਅਤੇ ਉਹ ਉੱਥੇ ਫਿਰ ਜਾ ਕੇ ਜ਼ਰੂਰ ਉਹ ਚੀਜ਼ ਨੂੰ ਫੀਲ ਕਰਦਾ ਪਰ ਉਹ ਫਿਰ ਬਾਅਦ 'ਚੋਂ ਫਿਰ ਉਹਨੂੰ ਇਗਨੋਰ ਕਰ ਦਿੰਦਾ ਤਾਂ ਇਹਦੇ ਨਾਲ ਰਿਲੇਸ਼ਨ ਲੰਮੇ ਜਿਹੜੇ ਚੱਲਦੇ ਆ ਉਹ ਖਰਾਬ ਹੁੰਦੇ ਸਾਡੇ ਰਿਲੇਸ਼ਨ ਦਾ ਰਾਜ ਇਹੀ ਆ ਵੀ ਅਸੀਂ ਇੱਕ ਦੂਜੇ ਨੂੰ ਸੱਚ ਬੋਲਦੇ ਹਾਂ ਅਤੇ ਸੱਚ ਦੇ ਨਾਲ ਫਿਰ ਐਂ ਤਾਂ ਜ਼ਰੂਰ ਹੁੰਦਾ ਕਿ ਹਾਂ ਜਦੋਂ ਆਪਾਂ ਇੱਕ ਤਰੀਕੇ ਡੀਸੈਂਟ ਵਿੱਚ ਸੱਚ ਬੋਲਦੇ ਹਾਂ ਤਾਂ ਉਹਦੇ ਨਾਲ ਕੋਈ ਖਲਾਰਾ ਨਹੀਂ ਪੈਂਦਾ ਜੇ ਤੁਸੀਂ ਸਿੱਧਾ ਕੋਈ ਮਤਲਬ ਕੁਝ ਇੱਦਾਂ ਗੁੱਸੇ ਦੇ ਵਿੱਚ ਕੋਈ ਹੈ ਨਾ ਤੁਸੀਂ ਬੋਲਦੇ ਆ
ਤਾਂ ਉਹ ਚੀਜ਼ ਨਾਲ ਬਹੁਤ ਸਾਰੇ ਖਿਲਾਰੇ ਪੈ ਜਾਂਦੇ ਮਤਲਬ ਸਾਡੇ ਕੋਲ ਬਹੁਤ ਸਾਰੀ ਕਲੈਕਸ਼ਨ ਆ ਕਾਰਡਸ ਦੀ ਮੈਂ ਇੱਕ ਦਿਨ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਤਾਂ ਬਹੁਤ ਸਾਰੇ ਕਮੈਂਟ ਵੀ ਆਏ ਸੀ ਕਿ ਤੁਸੀਂ ਆਪਣੇ ਸਾਰੇ ਕਾਰਡਸ ਦਿਖਾਇਓ ਜਦੋਂ ਸਾਡੇ ਕੋਲ ਈਵਨ ਕਈ ਵੇਲੇ ਹਨਾ ਸਿਚੁਏਸ਼ਨ ਇਦਾਂ ਦੀ ਹੁੰਦੀ ਸੀ ਬਾਹਰ ਕਿ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਬਟ ਫਿਰ ਵੀ ਅਸੀਂ ਉਸ ਚੀਜ਼ ਨੂੰ ਮਤਲਬ ਜਾਂ ਜਿਹੜੇ ਆ ਕਾਪੀ ਦੇ ਪੇਪਰ ਹੁੰਦੇ ਆ ਉਹਦੇ ਤੇ ਲਿਖ ਕੇ ਇੱਕ ਦੂਸਰੇ ਨੂੰ ਦੇ ਦਿੰਦੇ ਸੀ ਇਹ ਵੀ ਚੀਜ਼ ਅਸੀਂ ਸਮਝੀਦੀ ਸੀ ਇੱਕ ਦੂਸਰੇ ਦੀ ਫੋਟੋਆਂ ਨੀ ਹੁੰਦੀਆਂ ਇਹ ਚੀਜ਼ਾਂ ਵੀ ਫੀਲਿੰਗ ਵੀ ਤੁਹਾਡੇ ਯਾਦ ਰਵੇ ਹਨਾ ਤੇ ਨਾਲ ਹੀ ਵਲੋਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਅੱਜ ਦੇ ਦਾ ਮਿਲਦੇ ਨਵੇਂ ਵਲੋਗ ਦੇ ਨਾਲ ਕਾਰਡ ਬਾਹਰੋਂ ਤੁਸੀਂ ਦੇਖ ਸਕਦੇ ਹੋ ਤੇ ਇੱਕ ਹੋਰ ਗੱਲ ਜੇ ਸਾਰਿਆਂ ਨੇ ਸਾਡੇ ਕਾਰਡ ਦੇਖਣੇ ਹੁਣ ਪੜ੍ਹਾ ਤਾਂ ਅਸੀਂ ਨਹੀਂ ਸਕਦੇ ਬਟ ਜੇ ਹਾਂ ਉਹਨਾਂ ਦੀ ਕਲੈਕਸ਼ਨ ਦੇਖਣੀ ਹੋਵੇ ਵੀ ਕਿੰਨੇ ਕੁ ਹੈ ਕਿ ਕਿੰਨੀਆਂ ਕੁ ਫਾਈਲਾਂ ਬਣੀਆਂ ਪਈਆਂ ਤਾਂ ਕਮੈਂਟ ਕਰਕੇ ਜ਼ਰੂਰ ਤੁਸੀਂ ਆਪਾਂ ਉਹਦੇ ਵਲੋਗ ਬਣਾ ਕੇ ਬਣਾਵਾਂਗੇ ਅਤੇ ਮਿਲਦੇ ਨਵੇਂ ਵਲੋਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਲੋਗ ਕਿੱਦਾਂ ਲੱਗਿਆ ਮਿਲਦੇ ਨਵੇਂ ਵਲੋਗ ਦੇ ਨਾਲ।